ਅਸਲਾਮੁ ਅਲੈਕੁਮ ਜੀ, ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਮੈਂ ਤੁਹਾਨੂੰ ਵਿਖਾਵਾਂਗਾ ਕਿ UK ਵਿੱਚ ਸਾਡੇ ਜਿਹੜੇ ਸਿੱਖ ਭਰਾ ਨੇ ਉਹ ਵਿਸਾਖੀ ਮੇਲਾ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਨੇ। ਇਹਦੇ ਵਾਸਤੇ ਤੁਹਾਨੂੰ ਰਹਿਣਾ ਪਏਗਾ ਮੇਰੇ ਨਾਲ ਅਤੇ ਮੈਂ ਤੁਹਾਨੂੰ ਦਿਖਾਵਾਂਗਾ ਉਹਨਾਂ ਦਾ ਪੂਰਾ ਇਵੈਂਟ। ਇਹ ਤੁਸੀਂ ਵੇਖ ਸਕਦੇ ਹੋ ਕਿ ਪੂਰੀਆਂ ਫੈਮਿਲੀਆਂ ਦੀਆਂ ਫੈਮਿਲੀਆਂ ਜਾ ਰਹੀਆਂ ਰੋਡ 'ਤੇ। ਇਹਨਾਂ 'ਚ ਬੱਚੇ ਵੀ ਨੇ, ਵੱਡੇ ਵੀ ਨੇ, ਬਜ਼ੁਰਗ ਵੀ ਨੇ, ਜਵਾਨ ਵੀ ਨੇ। ਔਰ ਵੇਖੋ ਜੀ, ਇਹਨਾਂ ਨੇ ਮਾਸ਼ਾਅੱਲਾ ਕਿਸ ਤਰ੍ਹਾਂ ਤਿਆਰ ਸ਼ਿਆਰ ਹੋਏ ਨੇ ਸਾਰੇ, ਜਿਸ ਤਰ੍ਹਾਂ ਅਸੀਂ ਆਪਣੀ ਈਦ 'ਤੇ ਤਿਆਰ ਹੁੰਦੇ ਹਾਂ ਨਾ। ਔਰ ਮੈਨੂੰ ਇਹ ਚੀਜ਼ ਬੜੀ ਵਧੀਆ ਲੱਗੀ ਅਤੇ ਬੜੀ ਚੰਗੀ ਲੱਗੀ ਕਿ ਇਹਨਾਂ ਨੇ ਇੰਨੀ ਤਿਆਰੀ ਕੀਤੀ ਹੈ ਇਸ ਇਵੈਂਟ ਵਾਸਤੇ। ਔਰ ਇਹ ਵੇਖ ਕੇ ਨਾ ਬਹੁਤ ਹੀ ਇੱਕ ਅੰਦਰੋਂ ਖੁਸ਼ੀ ਹੋਈ ਮੈਨੂੰ ਇਸ ਗੱਲ ਦੀ, ਇਸ ਚੀਜ਼ ਦੀ। ਤੁਸੀਂ ਵੇਖ ਸਕਦੇ ਹੋ ਹਰ ਏਜ ਦੇ ਬੰਦੇ ਤੁਹਾਨੂੰ ਨਜ਼ਰ ਆ ਰਹੇ ਨੇ। ਔਰ ਦੇਖੋ ਕੁਛ ਨੇ ਆਪਣੇ ਜਿਹੜੇ ਨੇ ਪੈਟ ਨੇ ਉਹ ਵੀ ਨਾਲ ਰੱਖੇ ਨੇ ਇਸ ਈਵੈਂਟ 'ਤੇ ਜਾਣ ਵਾਸਤੇ। ਔਰ ਪੂਰਾ ਰੋਡ ਇਹਨਾਂ ਨਾਲ ਭਰਿਆ ਸੀ, ਬੜੀ ਵੱਡੀ ਤਾਦਾਦ ਵਿੱਚ ਲੋਕ ਉੱਥੇ ਜਾ ਰਹੇ ਨੇ। ਮੈਂ ਤੁਹਾਨੂੰ ਨਾਲ ਨਾਲ ਵਿਖਾਈ ਜਾਣਾ, ਤੁਸੀਂ ਰਹਿਣਾ ਮੇਰੇ ਨਾਲ। ਇੱਕ ਭਾਈ ਹੋਰੀ ਵੱਡੀ ਗੱਡੀ 'ਚ ਆ ਰਹੇ ਨੇ, ਇਹ ਵੇਖੋ ਜੀ, ਇਹ ਵੇਖੋ ਜੀ, ਕੁਛ ਟਰੱਕ ਦੇ ਉੱਤੇ ਜਾ ਰਹੇ ਨੇ। ਔਰ ਇਹਨਾਂ ਜਿਹੜੇ ਆਪਣੇ ਮਜ਼ਹਬੀ ਗੀਤ ਨੇ ਉਹ ਗਾਉਂਦੇ ਹੋਏ ਜਾ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਸੜਕ 'ਤੇ ਰੌਣਕ ਹੀ ਰੌਣਕ ਲੱਗੀ ਹੈ, ਤੁਸੀਂ ਵੇਖ ਸਕਦੇ ਹੋ ਹਰ ਪਾਸੇ ਰੌਣਕ ਹੀ ਰੌਣਕ ਹੈ। ਅਤੇ ਇਹ ਵੱਡੀ ਬੱਸ ਵੇਖੋ, ਇਹਦੇ 'ਚ ਵੀ ਸਾਰੇ ਇਹੀ ਬੈਠੇ ਨੇ। ਇਹ ਅਸੀਂ ਆ ਗਏ ਜੀ ਮਿਲੇਨੀਅਮ ਸਕੁਐਰ, ਇੱਥੇ ਇਹਨਾਂ ਨੇ ਈਵੈਂਟ ਦਾ ਅਰੇਂਜ ਕੀਤਾ। ਇਹ ਤੁਸੀਂ ਵੇਖ ਸਕਦੇ ਹੋ ਸਾਹਮਣੇ ਲੰਗਰ ਵੰਡਿਆ ਜਾ ਰਿਹਾ, ਬੜੀ ਸੋਹਣੀ ਅਤੇ ਬੜੀ ਪਿਆਰੀ ਕਢਾਈ ਵਾਲੀ ਥਾਲੀ ਬਣਾਈ ਸੀ ਇਹਨਾਂ ਨੇ। ਮੈਂ ਕਹਿੰਦਾ ਕਿਆ ਬਾਤ ਹੈ, ਉਹਦੇ ਵਿੱਚ ਕਾਫੀ ਸਾਰੀਆਂ ਡਿਸ਼ਾਂ ਸੀ ਅਤੇ ਮੈਂ ਤਾਂ ਭੁੱਲ ਵੀ ਗਿਆ ਵਾਂ ਇੰਨੀਆਂ ਜ਼ਿਆਦਾ ਡਿਸ਼ਾਂ ਸਨ ਇਸ ਥਾਲੀ ਦੇ ਵਿੱਚ। ਮੈਂ ਟੇਸਟ ਕੀਤਾ ਸੀ, ਬਹੁਤ ਵਧੀਆ ਟੇਸਟ ਸੀ ਇਹਨਾਂ ਦਾ, ਬੜਾ ਸਵਾਦ ਆਇਆ ਇਸ ਗੱਲ ਦਾ। ਅਤੇ ਉਸ ਤੋਂ ਬਾਅਦ ਮੈਂ ਡਰਿੰਕ, ਭਾਈ ਹੋਰੀ ਸਾਹਮਣੇ ਖਲੋਤੇ ਸੀ, ਮੈਂ ਕਿਹਾ ਭਾਈ ਜੀ ਇੱਕ ਡਰਿੰਕ ਤਾਂ ਦਿਓ। ਔਰ ਉਹਨਾਂ ਨੇ ਬੜੀ ਖੁਸ਼ੀ ਦੇ ਨਾਲ ਅੱਗੇ ਵੱਧ ਕੇ ਮੈਨੂੰ ਡਰਿੰਕ ਦਿੱਤਾ। ਉਹਨਾਂ ਨੇ ਭਾਅ ਜੀ ਹੋਰ ਚਾਹੀਦਾ ਅਤੇ ਹੋਰ ਦੱਸੋ, ਮੈਂ ਕਿਹਾ ਨਹੀਂ ਜੀ ਬੜੀ ਮਿਹਰਬਾਨੀ। ਇਹ ਤੁਸੀਂ ਵੇਖੋ ਲੋਕ ਖਾ ਰਹੇ ਨੇ ਔਰ ਇੰਜੋਏ ਕਰ ਰਹੇ ਨੇ। ਇਹ ਦੇਖੋ ਜੀ ਥਾਲੀ ਵੇਖੋ ਕਿੱਡੀ ਸੋਹਣੀ, ਇਹਦੇ 'ਚ ਰੋਟੀ ਸੀ, ਇਹਦੇ 'ਚ ਦਾਲਾਂ ਸੀ ਜਨਾਬ, ਇਹਦੇ 'ਚ ਬੜੀ ਮਜ਼ੇਦਾਰ ਥਾਲੀ ਬਣਾਈ ਸੀ। ਔਰ ਸਾਹਮਣੇ ਤੁਸੀਂ ਵੇਖੋ ਡਰਿੰਕ, ਉਹ ਮੈਂ ਪੀਂਦੇ ਹੋਇਆ ਤੁਹਾਨੂੰ ਵਿਖਾ ਨਹੀਂ ਸਕਿਆ, ਬਹੁਤ ਸੋਹਣਾ ਡਰਿੰਕ ਬਣਾਇਆ ਸੀ। ਕੁਛ ਮੈਂ ਤੁਹਾਨੂੰ ਹੋਰ ਚੀਜ਼ਾਂ ਵਿਖਾਉਂਦਾ ਵਾਂ। ਇਹ ਦੇਖੋ ਹਰ ਪਾਸੇ ਕਿੱਡਾ ਸੋਹਣਾ ਲੱਗ ਰਿਹਾ। ਇਹ ਵੇਖੋ ਕੁਛ ਸਾਡੀਆਂ ਮਾਵਾਂ ਭੈਣਾਂ ਥੱਲੇ ਬੈਠ ਕੇ, ਇਹ ਈਜ਼ੀ ਹੋ ਕੇ ਜਿਸ ਤਰ੍ਹਾਂ ਪਾਕਿਸਤਾਨ ਇੰਡੀਆ 'ਚ ਨਹੀਂ ਲੋਕ ਸੈਲੀਬ੍ਰੇਸ਼ਨ ਕਰਦੇ, ਉਸ ਤਰ੍ਹਾਂ ਥੱਲੇ ਬੈਠ ਕੇ ਖਾ ਰਹੇ ਨੇ। ਇੱਧਰ ਭਾਈ ਹੋਰੀ ਮੈਨੂੰ ਬੜੇ ਚੰਗੇ ਲੱਗੇ ਸੀ, ਇਹਨਾਂ ਨੇ ਆਪਣਾ ਡਰੈਸ ਪਾਇਆ ਸੀ ਅਤੇ ਪੂਰਾ ਤਿਆਰ ਸ਼ਿਆਰ ਹੋਏ ਸੀ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਜੀ ਜ਼ਰਾ ਇੱਧਰ ਸਾਡੇ ਵੱਲ ਵੀ ਮੂੰਹ ਕਰੋ, ਆਪਸ 'ਚ ਗੱਲਾਂ ਕਰੀ ਜਾ ਰਹੇ ਹੋ। ਅਤੇ ਇਹਨਾਂ ਨੂੰ ਮੈਂ ਕਿਹਾ ਜ਼ਰਾ ਇੱਧਰ ਵੇਖੋ, ਇਹ ਵੇਖ ਰਹੇ ਨੇ। ਇਹਨਾਂ ਦਾ ਜਨਾਬ ਮੈਂ ਥੋੜ੍ਹੀ ਜਿਹੀ ਵੀਡੀਓ ਬਣਾਈ, ਮੈਂ ਕਿਹਾ ਤੁਹਾਨੂੰ ਵੇਖਣ ਵਾਲਿਆਂ ਨੂੰ ਚੰਗਾ ਲੱਗੇਗਾ, ਵਧੀਆ ਲੱਗੇਗਾ। ਅਤੇ ਬਹੁਤ ਹੀ ਇੱਕ ਨਾ ਮਜ਼ੇਦਾਰ ਈਵੈਂਟ ਸੀ। ਇੱਥੇ ਆਈਸਕ੍ਰੀਮ ਵੰਡ ਰਹੇ ਸੀ, ਪੂਰੀ ਰੇਹੜੀ ਲਵਾ ਛੱਡੀ ਉਹਨਾਂ ਨੇ। ਉਹਨਾਂ ਨੇ ਕਿਹਾ ਲਓ ਜੀ ਵੰਡੋ ਬੱਚਿਆਂ ਨੂੰ, ਵੱਡਿਆਂ ਨੂੰ, ਸਭ ਨੂੰ ਆਈਸਕ੍ਰੀਮ ਵੰਡੋ, ਪੈਸੇ ਨਹੀਂ ਲੈਣੇ, ਵੰਡੀ ਜਾਓ ਆਈਸਕ੍ਰੀਮ।
ਮੁਫਤ ਦੀ ਆਈਸਕ੍ਰੀਮ, ਫਰੀ ਦੀ ਆਈਸਕ੍ਰੀਮ, ਸਭ ਨੂੰ ਲੰਗਰ ਆਈਸਕ੍ਰੀਮ ਦਾ ਚੱਲ ਰਿਹਾ ਸੀ। ਉੱਤੇ ਵੱਡੀ ਸਕਰੀਨ ਲੱਗੀ ਸੀ, ਉਹਦੇ 'ਚ ਬੜੀ ਜ਼ਬਰਦਸਤ ਅਤੇ ਬੜੀ ਪਿਆਰੀ ਕਢਾਈ ਵਾਲੀ ਵੀਡੀਓ ਚਲਾ ਰਹੇ ਸਨ ਜਨਾਬ, ਅਤੇ ਔਰ ਬੜੇ ਨਜ਼ਾਰੇ ਸੀ ਇਸ ਈਵੈਂਟ 'ਤੇ। ਇਹ ਵੇਖੋ ਜੀ, ਇਹ ਆ ਗਏ ਨੇ ਬੁਲਟ। ਇੰਡੀਆ ਵਾਲੀ ਫੀਲ ਆ ਰਹੀ ਹੈ ਕਿ ਨਹੀਂ ਆ ਰਹੀ? ਪੂਰੀ ਪ੍ਰੋਪਰ ਆ ਰਹੀ ਹੈ ਜਨਾਬ, ਕਿਆ ਬਾਤ ਹੈ। ਪੱਗਾਂ ਬੰਨੀਆਂ ਇਹ ਰੰਗ ਭਰੰਗੀਆਂ, ਅਤੇ ਇਹ ਬੁਲਟਾਂ 'ਤੇ ਬੈਠੇ ਸਰਦਾਰ, ਅਤੇ ਮੈਨੂੰ ਇਹ ਵੇਖ ਕੇ ਵੀ ਬੜਾ ਵਧੀਆ ਲੱਗਿਆ। ਅਤੇ ਮੈਂ ਆ ਗਿਆ ਤਾਂ ਸਟੇਜ ਵੱਲ, ਉੱਥੇ ਛੋਟੇ ਬੱਚੇ ਵੱਡੇ ਸਾਰੇ ਮਿਲ ਕੇ ਬੜੇ ਜਿਹੜੇ ਧਾਰਮਿਕ ਮੇਰਾ ਖਿਆਲ ਕਹਿੰਦੇ ਨੇ, ਅਗਰ ਮੈਂ ਗਲਤੀ ਕਰਾਂ ਤਾਂ ਮੈਂ ਮਾਫ਼ੀ ਚਾਹੁੰਦਾ ਵਾਂ, ਜਿਹੜੇ ਮਜ਼ਹਬੀ ਗੀਤ ਨੇ ਉਹ ਗਾ ਰਹੇ ਸਨ ਅਤੇ ਖੁਸ਼ੀ ਮਨਾ ਰਹੇ ਸਨ। ਔਰ ਬੱਚਿਆਂ ਦੇ ਮੂੰਹ 'ਚੋਂ ਐਡਾ ਅੱਛਾ ਲੱਗ ਰਿਹਾ ਸੀ ਔਰ ਐਡਾ ਸੋਹਣਾ ਲੱਗ ਰਿਹਾ ਸੀ ਕਿ ਮੈਂ ਬਿਆਨ ਨਹੀਂ ਕਰ ਸਕਦਾ। ਇੱਧਰ ਕੁਛ ਲੋਕ ਮੈਂ ਦੇਖੇ ਜਿਹੜੇ ਮੱਥਾ ਟੇਕਦੇ ਪਏ ਸਨ ਅਤੇ ਨਾਲ ਪ੍ਰਸ਼ਾਦ ਲੈਂਦੇ ਪਏ ਸਨ, ਮੈਨੂੰ ਇਹ ਵੇਖ ਕੇ ਵੀ ਬਹੁਤ ਵਧੀਆ ਲੱਗਿਆ। ਅਤੇ ਮੈਂ ਕਿਹਾ ਇਹਨਾਂ ਨੂੰ ਵੀ ਜ਼ਰੂਰ ਫਿਲਮਾਇਆ ਜਾਏ। ਆ ਰਹੇ ਸਨ, ਮੱਥਾ ਟੇਕ ਰਹੇ ਸਨ ਅਤੇ ਪ੍ਰਸ਼ਾਦ ਲੈ ਕੇ ਅਤੇ ਦੁਆਵਾਂ ਲੈ ਕੇ ਅੱਗੇ ਵੱਧਦੇ ਜਾ ਰਹੇ ਸਨ। ਜਿੰਨਾ ਹੋ ਸਕਿਆ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਦਿਖਾ ਸਕਾਂ ਇਸ ਈਵੈਂਟ ਨੂੰ, ਔਰ ਇਸ ਈਵੈਂਟ 'ਚ ਉਹਨਾਂ ਨੇ ਹਰ ਕਿਸਮ ਦੀ ਚੀਜ਼ ਤੁਹਾਨੂੰ ਨਜ਼ਰ ਆਏਗੀ, ਮਜ਼ਹਬੀ ਤਿਆਰੀ, ਹਰ ਕਿਸਮ ਦੀ ਖੁਸ਼ੀ, ਹਰ ਚੀਜ਼ ਦਾ ਅਰੇਂਜ ਕੀਤਾ ਸੀ ਔਰ ਬੜਾ ਹੀ ਵਧੀਆ ਅਰੇਂਜ ਕੀਤਾ ਸੀ। ਇੱਕ ਦਫਾ ਤੁਹਾਨੂੰ ਫਿਰ ਲੈ ਕੇ ਚੱਲਣਾ ਸਟੇਜ ਵਾਲੇ ਪਾਸੇ। ਇਹ ਦੇਖੋ ਜਨਾਬ, ਕਿੱਡੇ ਅਦਬ ਦੇ ਨਾਲ ਸਾਰੇ ਖਲੋਤੇ ਨੇ ਔਰ ਇਹ ਖੁਸ਼ੀ ਮਨਾ ਰਹੇ ਨੇ। ਇਹ ਹੈਪੀ ਵਿਸਾਖੀ ਉੱਤੇ ਵੱਡਾ ਸਾਰਾ ਲਿਖਿਆ ਹੈ, ਅਤੇ ਛੋਟੇ ਛੋਟੇ ਬੱਚੇ ਪੱਗਾਂ ਬੰਨ ਕੇ ਅਤੇ ਛੋਟੀਆਂ ਛੋਟੀਆਂ ਬੱਚੀਆਂ ਐਂ ਦੁਪੱਟੇ ਲੈ ਕੇ ਅਤੇ ਜਨਾਬ ਮਜ਼ਹਬੀ ਗੀਤ ਗਾ ਰਹੀਆਂ, ਅਤੇ ਕਿੱਡੀਆਂ ਸੋਹਣੀਆਂ, ਅਤੇ ਬੱਚੇ ਕਿੱਡੇ ਸੋਹਣੇ ਲੱਗਦੇ ਪਏ ਨੇ, ਤੁਸੀਂ ਆਪ ਵੇਖ ਸਕਦੇ ਹੋ। ਅਤੇ ਨਾਲ ਪਿੱਛੇ ਸਾਡੇ ਬਜ਼ੁਰਗ ਹੱਥ ਬੰਨ ਕੇ ਉਹ ਵੀ ਖਲੋਤੇ ਨੇ, ਉਹ ਵੀ ਇਸ ਮਿਊਜ਼ਿਕ ਦਾ, ਇਸ ਈਵੈਂਟ ਦਾ ਮਜ਼ਾ ਲੈ ਰਹੇ ਨੇ ਸਾਰੇ, ਤੁਸੀਂ ਵੇਖ ਸਕਦੇ ਹੋ ਅਤੇ ਸੁਣ ਵੀ ਸਕਦੇ ਹੋ। ਬੜਾ ਵੱਡਾ ਅਤੇ ਬੜਾ ਵਧੀਆ ਸਟੇਜ ਲਾਇਆ ਸੀ ਇਹਨਾਂ ਨੇ। ਇਹ ਵੇ ਯੂਕੇ ਲੀਡਸ, ਯੂਕੇ ਲੀਡ ਸਿਟੀ ਹੈ ਯੂਕੇ। ਥੋੜ੍ਹਾ ਜਿਹਾ ਤੁਹਾਨੂੰ ਫਿਰ ਮੈਂ ਘੁੰਮਾਵਾਂ ਫਿਰਾਵਾਂ, ਇਹ ਥੋੜ੍ਹਾ ਮੈਂ ਕਿਹਾ ਕੈਮਰੇ ਨੂੰ ਘੁੰਮਾਵਾਂ, ਇਹ ਜਿਹੜੀ ਜਨਤਾ ਖਲੋਤੀ, ਜਿਹੜੀ ਆਵਾਮ ਖਲੋਤੀ, ਜਿਹੜੀ ਪਬਲਿਕ ਖਲੋਤੀ ਹੈ, ਤੁਸੀਂ ਵੇਖੋ ਸਭ ਨੇ ਰੰਗ ਬਿਰੰਗੇ ਕੱਪੜੇ ਪਾਏ ਨੇ ਅਤੇ ਜਨਾਬ ਹਰ ਬੰਦਾ ਖੁਸ਼ ਹੈ, ਕੋਈ ਗੱਲਾਂ ਕਰ ਰਿਹਾ, ਕੋਈ ਲੰਗਰ ਖਾ ਰਿਹਾ, ਅਤੇ ਬਸ ਹਰ ਬੰਦਾ ਇੰਜੋਏ ਕਰ ਰਿਹਾ। ਛੋਟੇ ਛੋਟੇ ਬੱਚੇ ਹੈ, ਵੇਖੋ ਜੀ, ਲੋਕਾਂ ਨੇ ਆਪਣੇ ਛੋਟੇ ਛੋਟੇ ਬੱਚੇ ਵੀ ਨਾਲ ਲਿਆਉਂਦੇ ਨੇ, ਔਰ ਬੜੀ ਵਧੀਆ ਗੱਲ ਹੈ। ਕਿਸੇ ਵੀ ਰਿਲੀਜਨ 'ਚ ਤੁਸੀਂ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ। ਇਹ ਮੈਂ ਤੁਹਾਨੂੰ ਇਸ ਐਂਗਲ 'ਤੇ ਦਿਖਾ ਰਿਹਾ, ਇਹ ਬੀਬੀਆਂ ਮੱਥਾ ਟੇਕਦੀਆਂ ਪਈਆਂ ਸਨ, ਸਾਡੀਆਂ ਬਜ਼ੁਰਗ, ਦੇਖੋ ਜੀ ਇਹ ਆ ਰਹੀਆਂ ਅਤੇ ਮੱਥਾ ਟੇਕ ਰਹੀਆਂ ਅਤੇ ਪ੍ਰਸ਼ਾਦ ਲੈ ਰਹੀਆਂ ਅਤੇ ਦੁਆਵਾਂ ਲੈ ਰਹੇ ਨੇ ਸਾਰੇ। ਦੁਆਵਾਂ ਤਾਂ ਜ਼ਰੂਰੀ ਨੇ ਜ਼ਿੰਦਗੀ ਵਾਸਤੇ, ਦੁਆ ਤੋਂ ਬਗੈਰ ਤਾਂ ਫਿਰ ਕੁਛ ਵੀ ਨਹੀਂ ਨਾ, ਕਿਉਂ ਜੀ, ਇਸ ਤਰ੍ਹਾਂ ਹੀ ਗੱਲ ਹੈ। ਥੋੜ੍ਹਾ ਜਿਹਾ ਇਸ ਪਾਸੇ ਆ ਜਾਓ, ਇੱਦਾਂ ਨਾਅਰੇ ਲੱਗ ਰਹੇ ਸਨ ਜਨਾਬ ਗੁਰੂ ਸਾਹਿਬ ਦੇ, ਅਤੇ ਇਹ ਵੇਖੋ ਜੀ ਕਿੱਡੇ ਖੁਸ਼ ਹੋ ਰਹੇ ਨੇ ਲੋਕ, ਨਾਅਰਿਆਂ ਦਾ ਜਵਾਬ ਵੀ ਦੇ ਰਹੇ ਨੇ। ਅਤੇ ਇੱਧਰ ਇੱਕ ਤੁਹਾਨੂੰ ਦਿਖਾਉਣਾ ਜਨਾਬ, ਇਹ ਖਲੋਤੇ ਨੇ ਬੱਚੇ, ਅਤੇ ਡਰੈਸ ਪਾ ਕੇ ਇਹਨਾਂ ਨੇ ਸ਼ਾਇਦ ਕੋਈ ਖੇਲ ਪੇਸ਼ ਕਰਨਾ ਸੀ, ਇਹਦਾ ਮੈਨੂੰ ਪਤਾ ਨਹੀਂ ਜ਼ਿਆਦਾ। ਅਤੇ ਇਸ ਸਟੇਜ ਦੇ ਉੱਤੇ ਜਿਹੜੇ ਮੇਅਰ ਸਾਹਿਬ ਸੀ, ਫੀਮੇਲ ਲੇਡੀ ਜਿਹੜੀ ਖਲੋਤੀ ਹੈ, ਉਹ ਮੇਅਰ ਆਫ ਲੀਡਸ ਹੈ, ਔਰ ਉਹ ਸਪੀਚ ਦੇ ਰਹੀ ਸੀ ਔਰ ਉਹ ਖੁਸ਼ੀ ਦਾ ਇਜ਼ਹਾਰ ਕਰ ਰਹੀ ਸੀ ਸਿੱਖ ਕਮਿਊਨਿਟੀ ਵਾਸਤੇ। ਔਰ ਇਹ ਵੇਖ ਕੇ ਵੀ ਬੜੀ ਖੁਸ਼ੀ ਹੋਈ ਕਿ ਯੂਕੇ ਇੱਕ ਐਸਾ ਮੁਲਕ ਹੈ ਜਿੱਥੇ ਹਰ ਕਮਿਊਨਿਟੀ ਆਪਣਾ ਕੋਈ ਵੀ ਈਵੈਂਟ ਹੁੰਦਾ ਉਹਨੂੰ ਬੜੇ ਅੱਛੇ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਨੇ, ਔਰ ਜਿਹੜੀ ਬ੍ਰਿਟਿਸ਼ ਗੌਰਮੈਂਟ ਹੈ ਉਹਨੂੰ ਪੂਰੀ ਸਪੋਰਟ ਦਿੰਦੇ ਨੇ, ਉਹਨੂੰ ਔਰ ਪੂਰਾ ਸਾਥ ਦਿੰਦੀ ਹੈ ਬ੍ਰਿਟਿਸ਼ ਗੌਰਮੈਂਟ, ਕੋਈ ਵੀ ਕਿਸੇ ਕਿਸਮ ਦੀ ਕਮਿਊਨਿਟੀ ਦਾ ਈਵੈਂਟ ਹੋਵੇ
ਚਾਹੇ ਸਿੱਖ ਹੈ, ਮੁਸਲਮਾਨ ਹੈ, ਕੋਈ ਵੀ ਹੈ। ਅਤੇ ਅੱਜ ਅਸੀਂ ਇਹ ਸਿੱਖਾਂ ਦਾ ਇਵੈਂਟ ਸਾਡੇ ਸਰਦਾਰ ਭਾਈਆਂ ਦਾ ਅਤੇ ਮੇਰ ਸਾਹਿਬ ਸਟੇਜ ਦੇ ਉੱਤੇ ਸਪੀਚ ਦੇ ਰਹੇ ਸਨ। ਸਾਰੇ ਔਰ ਸਾਰੇ ਖਲੋਤੇ ਨੇ, ਵੇਖਦੇ ਨੇ ਔਰ ਸਪੀਚ ਸੁਣਦੇ ਨੇ ਔਰ ਬੜਾ ਇੰਜੋਏ ਕਰ ਰਹੇ, ਬੜਾ ਖੁਸ਼ ਹੋ ਰਹੇ ਨੇ। ਨਾਲ ਹੀ ਉੱਧਰ ਮੱਥਾ ਟੇਕਣ ਵਾਲੇ ਗ੍ਰੰਥ ਸਾਹਿਬ ਉੱਧਰ ਮੱਥਾ ਟੇਕਦੇ ਪਏ ਲੋਕ, ਅਤੇ ਜਨਾਬ ਇਹ ਨਾਲ ਸਟੇਜ ਤੁਸੀਂ ਵੇਖ ਸਕਦੇ ਹੋ। ਮੈਂ ਬਾਰ ਬਾਰ ਕੈਮਰਾ ਘੁੰਮਾ ਰਿਹਾ ਤੁਹਾਡੇ ਵੇਖਣ ਵਾਲੇ ਵਾਸਤੇ। ਅੱਗੇ ਆ ਜਾਓ, ਸਿਕਿਉਰਿਟੀ ਦਾ ਵੀ ਚੰਗਾ ਬੰਦੋਬਸਤ ਕੀਤਾ। ਅਸੀਂ ਇਹ ਵੇਖ ਸਕਦੇ ਹੋ ਤੁਸੀਂ, ਪੁਲਿਸ ਵਾਲੇ ਵੀ ਖਲੋਤੇ ਨੇ, ਇਹ ਭਾਈ ਹੋਰੀ ਜਾ ਰਹੇ ਨੇ, ਇਹ ਸੇਵਾ ਕਰਦੇ ਪਏ ਨੇ। ਇਹ ਜਿਹੜੇ ਕੋਈ ਲੋਕ ਛੋਟੇ ਮੋਟੇ ਕਾਗਜ਼ ਸੁੱਟ ਰਹੇ ਨੇ, ਇਹ ਨਾਲ ਨਾਲ ਉਹਨਾਂ ਦੀ ਸਫਾਈ ਕਰੀ ਜਾ ਰਹੇ ਨੇ। ਅਤੇ ਗੁਜ਼ਾਰਿਸ਼ ਤਾਂ ਇਹ ਸਾਰਿਆਂ ਨੂੰ ਕਿ ਕੋਸ਼ਿਸ਼ ਕਰਿਆ ਕਰੋ ਕਿ ਇੱਕ ਛੋਟੇ ਤੋਂ ਛੋਟਾ ਕਾਗਜ਼ ਦਾ ਟੁਕੜਾ ਵੀ ਨਾ ਸੁੱਟੋ, ਤਾਂ ਕਿ ਦੂਸਰੇ ਨੂੰ ਸਫਾਈ ਕਰਨ ਦੀ ਲੋੜ ਹੀ ਨਾ ਪਵੇ। ਅਤੇ ਇਹ ਦੇਖੋ ਜੀ, ਇਹ ਬਣਿਆ ਭਾਲੂ ਭਾਈ, ਅਤੇ ਮਤਲਬ ਖੁਸ਼ੀਆਂ ਹੀ ਖੁਸ਼ੀਆਂ ਅਤੇ ਰੌਣਕਾਂ ਹੀ ਰੌਣਕਾਂ। ਮੈਂ ਇੱਥੇ ਗਿਆ ਵਾਂ ਅਤੇ ਯਕੀਨ ਕਰੋ, ਇੱਕ ਮਿੰਟ ਤਾਂ ਬੜਾ ਜ਼ਿਆਦਾ ਹੁੰਦਾ, ਮੈਂ ਇੱਕ ਸੈਕਿੰਡ ਵਾਸਤੇ ਵੀ ਬੋਰ ਨਹੀਂ ਹੋਇਆ ਔਰ ਮੈਨੂੰ ਬੜਾ ਹੀ ਅੱਛਾ ਲੱਗਿਆ ਇੱਥੇ ਜਾ ਕੇ। ਇਹ ਸਾਹਮਣੇ ਖਾਲਸਾ ਏਡ ਵਾਲੇ ਖਲੋਤੇ ਸਨ, ਇਹ ਕੁਛ ਏਡ ਵਗੈਰਾ ਇਕੱਠੀ ਕਰਕੇ ਅਤੇ ਫਿਰ ਕੋਈ ਚੰਗੇ ਵਧੀਆ ਜਿਹੜੇ ਕੰਮ ਕਰਦੇ ਨੇ, ਮੇਰਾ ਖਿਆਲ ਉਹਨਾਂ ਵਾਸਤੇ ਕਰਦੇ ਨੇ, ਮੈਨੂੰ ਜ਼ਿਆਦਾ ਮਾਲੂਮਾਤ ਤਾਂ ਨਹੀਂ। ਲਿਖਿਆ ਦੇ ਉੱਤੇ ਇਹ ਹੀ ਹੈ, ਮੈਂ ਕਿਹਾ ਇਹਨਾਂ ਦਾ ਵੀ ਛੋਟਾ ਜਿਹਾ ਕਲਿੱਪ ਬਣਾਇਆ ਜਾਏ ਅਤੇ ਬਾਕੀ ਤੁਸੀਂ ਜਿਹੜੇ ਵੇਖਣ ਵਾਲੇ ਹੋ ਆਪ ਬਿਹਤਰ ਸਮਝਦੇ ਹੋ। ਠੀਕ ਹੈ ਜੀ, ਹੁਣ ਆ ਜਾਓ ਇਸ ਪਾਸੇ। ਇੱਥੇ ਚੇਅਰ ਅਤੇ ਟੇਬਲ ਲੱਗੇ ਸਨ, ਉੱਥੇ ਬੈਠ ਕੇ ਲੰਗਰ ਕਰਦੇ ਪਏ ਨੇ ਕੁਛ ਲੋਕ, ਕੁਛ ਆਪਸ 'ਚ ਗੱਲਾਂ ਬਾਤਾਂ ਕਰਦੇ ਪਏ ਨੇ, ਅਤੇ ਬੱਚੇ ਵੀ ਇਹ ਦੇਖੋ ਬੱਚੇ ਕਿੱਡਾ ਇੰਜੋਏ ਕਰਦੇ ਪਏ ਨੇ। ਬੱਚੇ ਤਾਂ ਫਿਰ ਬੱਚੇ ਹੀ, ਤੁਹਾਨੂੰ ਪਤਾ ਹਰ ਜਗ੍ਹਾ ਦੇ ਬੱਚੇ ਫਿਰ ਆਪਣਾ ਆਪਦਾ ਆਉਂਦੇ ਨੇ ਔਰ ਬੱਚੇ ਫਟਾਫਟ ਹੀ ਘੁੱਲ ਮਿਲ ਜਾਂਦੇ ਨੇ, ਬੱਚਿਆਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਉਹ ਵੇਖੋ ਜੀ, ਉਹ ਟਰੱਕ ਉਹੀ ਹੈ ਸਾਹਮਣੇ ਜਿਹੜਾ ਤੁਹਾਨੂੰ ਪਹਿਲੇ ਦਾ ਆਇਆ ਸੀ, ਜਿੱਥੇ ਸਾਰੀ ਸੰਗਤ ਬੈਠ ਕੇ ਆ ਰਹੀ ਸੀ। ਇਹ ਪੁਲਿਸ ਦੀ ਗੱਡੀ ਖਲੋਤੀ ਹੈ, ਅਤੇ ਇੱਧਰ ਮੈਂ ਤੁਹਾਨੂੰ ਦਿਖਾਉਂਦਾ ਵਾਂ, ਇਹ ਉਹ ਵੱਡੀ ਬੱਸ ਹੈ ਜਿਹਦੇ 'ਤੇ ਆ ਰਹੇ ਸਨ। ਅੱਗੇ ਆਓ, ਤੁਹਾਨੂੰ ਇੱਕ ਹੋਰ ਚੀਜ਼ ਵਿਖਾਉਂਦਾ ਮੈਂ, ਮਿਸ ਨਹੀਂ ਕਰਨਾ ਤੁਸੀਂ, ਇੱਕ ਸੈਕਿੰਡ ਵੀ ਮਿਸ ਕਰਨ ਵਾਲਾ ਨਹੀਂ ਹੈ ਇਸ ਵੀਡੀਓ ਦਾ। ਇਹ ਐਂਬੂਲੈਂਸ ਖਿਲਾ ਰਹੀ ਹੈ ਇਹਨਾਂ ਨੇ, ਤਾਂ ਕਿ ਅਗਰ ਕਿਸੇ ਨੂੰ ਕੋਈ ਟ੍ਰੀਟਮੈਂਟ ਜਾਂ ਫੌਰੀ ਚਾਹੀਦੀ ਹੋਈ, ਜ਼ਰੂਰਤ ਹੋਏ, ਉਹਦੇ ਐਸੇ ਐਂਬੂਲੈਂਸ ਹਾਜ਼ਰ ਸਰਵਿਸ ਹੈ। ਠੀਕ ਹੈ ਜੀ, ਇਹ ਸੀ ਅੱਜ ਦੀ ਵੀਡੀਓ, ਉਮੀਦ ਤੁਹਾਨੂੰ ਪਸੰਦ ਆਈ ਹੋਏਗੀ। ਪਸੰਦ ਆਏ ਤਾਂ ਇਹਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ।